किसानी बिल आउंदे नेगे देश विच काले कानून आउंदे नेगे किसान दी मौत दे वारंट आउंदे नेगे फांसी दा फंदा आउंदे नेगे की होया उहदा अकाली दल ने सब तो मोहरी भूमिका निभाई दीपा हरसिमरत कौर बादल दी सुखबीर सिंह बादल दी प्रकाश सिंह बादल की कहते सी इहदे नाल किसान नूं बड़ा फायदा होना गा उहदा लोकां ने गल च उठा देता फिर जाके ठीक होए नेगे सो अज अकाली दल का नुमाइंदा इलेक्शन शुरू हो जाण दो अकाली दल का नुमाइंदे तो लोगों ने पिंड च बढ़न दे देना पूरे पंजाब के किसान नूं पता गा कि जेकर साढ़े 700 तो उपर किसान शहीद होया गा तो उहदे पिछे जिथे बीजेपी का बहुत वड्डा हाथ हैगा उत्थे अकाली दल का भी उन्नी वड्डा हाथ है 300 साहब का धड़ा लग हो गया और बीजेपी का धड़ा अलग हो गया सो सारिया चीज़ों का वड्डा नुकसान जिहड़ा हैगा अकाली दल नूं भुगतना पऊगा स्पष्ट दिखाई दे रहा है सो मैं समझदा मेरा मुकाबला जिहड़ियां साडियां मुश्किलां ने उहनां दे नाल ਜਿਹੜੀ ਐਜੂਕੇਸ਼ਨ ਦਾ ਸਿਸਟਮ ਖਰਾਬ ਹੋਇਆ ਪਿਆ ਐਜੂਕੇਸ਼ਨ ਦੇ ਸਿਸਟਮ ਦੇ ਨਾਲ ਆ ਹੈਲਥ ਸਿਸਟਮ ਦੇ ਨਾਲ ਆ ਮੇਰਾ ਮੁਕਾਬਲਾ ਜਿਹੜਾ ਹੈਗਾ ਜਿਹੜੀਆਂ ਬੁਰਾਈਆਂ ਨੇ ਕਿ ਉਹਨਾਂ ਦੇ ਨਾਲ ਹੈਗਾ ਸੋ ਨਾ ਅਕਾਲੀ ਦਲ ਨਾ ਕਾਂਗਰਸ ਮੇਰੇ ਮੁਕਾਬਲੇ ਵਿੱਚ ਕਿਤੇ ਵੀ ਖੜੇ ਦਿਖਾਈ ਦਿੰਦੇ ਅਕਾਲੀ ਦਲ ਦੇ ਹਿੱਸੇ ਕੀ ਆ ਕਾਂਗਰਸ ਦੇ ਹਿੱਸੇ ਕੀ ਆ ਅਕਾਲੀ ਦਲ ਪੰਥ ਤੋਂ ਬੁੱਕਾ ਲੈ ਕੇ ਪੰਥ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਦਾ 1986 ਦੇ ਵਿੱਚ 2015 ਦੇ ਵਿੱਚ ਦੋ ਸਮੇਂ ਅਕਾਲੀ ਦਲ ਦੀ ਸਰਕਾਰ ਰਹੀ ਆ ਦੋਨੇ ਵਾਰ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ ਹੁੰਦੀ ਪਹਿਲਾਂ 4 ਨੌਜਵਾਨ ਮਾਰੇ ਜਾਂਦੇ ਨੇ ਫਿਰ 2 ਨੌਜਵਾਨ ਮਾਰੇ ਜਾਂਦੇ ਨੇ ਕੋਈ ਇਨਸਾਫ ਨਹੀਂ ਮਿਲਿਆ ਪੰਜਾਬ ਵਿੱਚ अजीत वैब देख रहे सारे ही दर्शकों नूं प्यार भरी सत श्री अकाल अज असी मौजूद हाँ पंजाब विधानसभा विच विरोधी धिर दे आगू सरदार हरपाल सिंह चीमा दी रिहाइश उत्ते हरपाल सिंह चीमा जिहड़े विधानसभा हलका दिड़पा तों आम आदमी पार्टी वालों दूजी बार किस्मत अजमाई कर रहे ने दूजी बार टिक दावेदार ने इस हल्के तो उन्होंने विशेष गलबात करते हैं उन्होंने तो पुछद भी दिड़पे हल्के दियां समस्यावां सी जिन्हां उन्होंने हल किया तो रहिंदियां कहिड़ियां मुश्किलां ने जिन्हां नूं उह लैके दोबारा हल्के दे विच जा रहे ने चीमा साहब स्वागत है तुहाडा अजीत पर बहुत बहुत धन्यवाद जी तुहाडा तुहाडे श्रोतियां दा बहुत बहुत धन्यवाद चीमा साहब जन्म भूमि धूरी हल्के दे विच करम भूमि ਤਿਰਪਾ ਮੰਨੀ ਜਾਂਦੀ ਆ ਪਹਿਲਾਂ ਵੀ ਇਸ ਹਲਕੇ ਦੀ ਨੁਮਾਇੰਦਗੀ ਕੀਤੀ ਆ ਨਵਾਂ ਹਲਕਾ ਨਹੀਂ ਤੁਹਾਡੇ ਲਈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਦੇਖੋ ਦਿੜਬਾ ਹਲਕੇ ਦੇ ਲੋਕਾਂ ਨੇ 2017 ਦੇ ਵਿੱਚ ਬਹੁਤ ਭਰਮਾ ਪਿਆਰ ਦਿੱਤਾ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਦਿੜਬਾ ਹਲਕੇ ਦੇ ਲੋਕਾਂ ਨੇ ਦਿੱਤਾ ਮੈਂ ਉਹਨਾਂ ਦਾ ਸਾਰੀ ਉਮਰ ਰਿਣੀ ਰਹਾਂਗਾ ਇਹ ਕਰਜ਼ ਮੈਂ ਜਿਹੜਾ ਹੈਗਾ ਸਾਰੀ ਉਮਰ ਉਤਾਰ ਨਹੀਂ ਸਕਦਾ ਕਿਉਂਕਿ ਰਾਜਨੀਤੀ ਵਿੱਚ ਜਿਹੜੀ ਪਹਿਲੀ ਪੌੜੀ ਹੁੰਦੀ ਆ ਸਭ ਤੋਂ ਔਖੀ ਹੁੰਦੀ ਆ ਉਹ ਚੜ੍ਹਨ ਦਾ ਮੌਕਾ ਜਿਹੜਾ ਹੈਗਾ ਉਹ ਦਿੜਬਾ ਦੇ ਹਰੇਕ ਵਾਸੀ ਨੇ ਦਿੜਬਾ ਹਲਕੇ ਦੇ ਹਰੇਕ ਵਾਸੀ ਨੇ ਮੈਨੂੰ ਦਿੱਤਾ ਸੋ ਸਾਰਿਆਂ ਦਾ ਮੈਂ ਦਿਲ ਦੀਆਂ ਗੱਲਾਂ ਜੀ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਚੀਮਾ ਸਾਹਿਬ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਦੇਖਿਆ ਉਸ ਟਾਈਮ ਆਮ ਆਦਮੀ ਪਾਰਟੀ ਦਾ ਮੁਕਾਬਲਾ ਖਾਸ ਕਰਕੇ ਜੇ ਆਪਾਂ ਦਿੜਬੇ ਹਲਕੇ ਦੀ ਗੱਲ ਕਰੀਏ ਤਾਂ ਉਸ ਵੇਲੇ ਤੁਹਾਡਾ ਕਾਂਗਰਸ ਨਾਲ ਰਿਹਾ ਅਕਾਲੀ ਦਲ ਨਾਲ ਵੀ ਰਿਹਾ ਪਰ ਇਸ ਵਾਰੀ ਸਮੀਕਰਨ ਥੋੜ੍ਹੇ ਬਦਲੇ ਹੋਏ ਨੇ ਇੱਕ ਨਵੀਂ ਧਿਰ ਅਕਾਲੀ ਦਲ ਸੰਯੁਕਤ ਜਿਹਨਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਧਿਰ ਹੈ ਇਹ ਹਲਕੇ 'ਚ ਵੱਡਾ ਜਨ ਆਧਾਰ ਮੰਨਿਆ ਜਾਂਦਾ ਇਹ ਵੀ ਸੰਭਵ ਹੈ ਕਿ ਕੋਈ ਕਲਿਸ਼ ਨਵਾਂ ਗਠਬੰਧਨ ਬਣੇ ਅਤੇ ਢੀਂਡਸਾ ਸਾਹਿਬ ਉਸ ਪਾਰਟੀ ਦੇ ਗਠਬੰਧਨ ਦੇ ਮੈਂਬਰ ਵੀ ਬਣਨ ਕੀ ਲੱਗਦਾ ਕਿਹਦੇ ਨਾਲ ਟੱਕਰ ਬਣ ਕੇ ਚੱਲ ਦੇਖੋ ਅਕਾਲੀ ਦਲ ਜਿਹੜਾ ਹੈਗਾ ਖਾਸ ਕਰਕੇ ਆਪਾਂ ਜਿਹੜਾ ਸੰਗਰੂਰ ਦੀ ਗੱਲ ਕਰ ਲਈਏ ਪਾਰਲੀਮੈਂਟ ਸੰਗਰੂਰ ਦੀ ਗੱਲ ਕਰ ਲਈਏ ਖੇਰੂੰ ਖੇਰੂੰ ਹੋਇਆ ਪਿਆ ਗਾ ਅਕਾਲੀ ਦਲ ਕਈ ਧੜਿਆਂ 'ਚ ਵੰਡਿਆ ਹੋਇਆ ਗਾ ਔਰ 2017 ਤੋਂ ਪਹਿਲਾਂ ਉਹਨਾਂ ਦੀ ਸਰਕਾਰ ਸੀਗੀ ਔਰ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਦੇ ਸਮੇਂ ਜੋ ਕੁਛ ਹੋਇਆ ਪੰਜਾਬੀਆਂ ਨੂੰ ਪਤਾ ਗਾ ਔਰ ਉਹਨਾਂ ਦੀ ਸਰਕਾਰ ਜਾਣ ਤੋਂ ਬਾਅਦ ਜਦੋਂ 3 ਕਾਲੇ ਕਾਨੂੰਨ ਆਏ ਨੇਗੇ ਜੋ 3 ਕਾਲੇ ਕਾਨੂੰਨ ਆਏ ਨੇ ਉਹਨਾਂ ਵਿੱਚ ਅਕਾਲੀ ਦਲ ਨੇ ਆਪਣੀ ਮੋਹਰੀ ਭੂਮਿਕਾ ਉਹਨਾਂ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਲੈ ਕੇ ਆਏ ਨੇਗੇ ਸੋ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਦਿੜਬੇ ਦੇ ਲੋਕਾਂ ਨੂੰ ਪਤਾ ਨੇ ਖਾਸ ਕਰਕੇ ਜੇ ਮੈਂ ਦਿੜਬੇ ਦੀ ਗੱਲ ਕਰਾਂ ਕਿਉਂਕਿ ਕਿਸਾਨੀ ਅੰਦੋਲਨ ਦਾ ਗੜ ਮੰਨਿਆ ਜਾਂਦਾ ਸੀਗਾ ਉਗਰਾਹਾਂ ਸਾਹਿਬ ਹੋਰ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਹਲਕਾ ਦਿੜਬਾ 'ਚ ਪੈਂਦੇ ਨੇ ਕਿ ਬੜਾ ਗੜ ਹੈਗਾ ਸੋ ਬੱਚਾ ਬੱਚਾ ਜਿਹੜਾ ਹੈਗਾ ਦਿੜਬੇ ਦਾ ਉਹ ਚੇਤਨ ਆ ਬੱਚੇ ਬੱਚੇ ਨੂੰ ਪਤਾ ਗਾ ਕਿ ਅਕਾਲੀ ਦਲ ਦੀ ਕੀ ਭੂਮਿਕਾ ਰਹੀ ਆ ਕਾਂਗਰਸ ਦੀ ਕੀ ਭੂਮਿਕਾ ਰਹੀ ਆ ਸੋ ਬਿਲਕੁਲ ਲੋਕਾਂ ਨੇ ਅੱਛੀ ਤਰੀਕੇ ਦੇ ਨਾਲ ਲੋਕ ਜਿਹੜੇ ਹੈਗੇ ਨੇ ਕਿ ਉਹ ਅਵੇਅਰ ਨੇਗੇ ਹਰ ਮਾਮਲੇ ਤੋਂ ਸੋ ਮੈਂ ਸਮਝਦਾ ਗਾ ਔਰ ਦੂਜੀ ਗੱਡੀ ਗੱਲ ਆ ਕਿ ਢੀਂਡਸਾ ਸਾਹਿਬ ਦਾ ਧੜਾ ਅਲੱਗ ਹੋ ਗਿਆ ਔਰ ਬੀਜੇਪੀ ਦਾ ਧੜਾ ਅਲੱਗ ਹੋ ਗਿਆ ਸੋ ਸਾਰੀਆਂ ਚੀਜ਼ਾਂ ਦਾ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਸਪਸ਼ਟ ਦਿਖਾਈ ਦੇ ਰਿਹਾ ਹੈਗਾ ਸੋ ਮੈਂ ਸਮਝਦਾ ਮੇਰਾ ਮੁਕਾਬਲਾ ਜਿਹੜੀਆਂ ਸਾਡੀਆਂ ਮੁਸ਼ਕਿਲਾਂ ਨੇ ਉਹਨਾਂ ਦੇ ਨਾਲ ਆ ਜਿਹੜੀ ਐਜੂਕੇਸ਼ਨ ਦਾ ਸਿਸਟਮ ਖਰਾਬ ਹੋਇਆ ਪਿਆ ਐਜੂਕੇਸ਼ਨ ਦੇ ਸਿਸਟਮ ਦੇ ਨਾਲ ਆ ਹੈਲਥ ਸਿਸਟਮ ਦੇ ਨਾਲ ਆ ਮੇਰਾ ਮੁਕਾਬਲਾ ਜਿਹੜਾ ਹੈਗਾ ਇਹ ਜਿਹੜੀਆਂ ਬੁਰਾਈਆਂ ਨੇ ਕਿ ਉਹਨਾਂ ਦੇ ਨਾਲ ਹੈਗਾ ਸੋ ਨਾ ਅਕਾਲੀ ਦਲ ਨਾ ਕਾਂਗਰਸ ਮੇਰੇ ਮੁਕਾਬਲੇ ਵਿੱਚ ਕਿਤੇ ਵੀ ਖੜੇ ਦਿਖਾਈ ਦਿੰਦੇ ਚੀਮਾ ਸਾਹਿਬ ਦੇਖਿਆ ਜਾਂਦਾ ਅਕਸਰ ਜਿਹੜਾ ਅਪੋਜੀਸ਼ਨ ਦਾ ਵਿਧਾਇਕ ਹੁੰਦਾ ਬੜੀਆਂ ਉਹਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਡਿਵੈਲਪਮੈਂਟ ਦੇ ਕਿਉਂਕਿ ਪੰਜਾਬ 'ਚ ਇਹ ਰਵਾਇਤੀ ਰਹੀ ਆ ਵੀ ਜਿਹੜਾ ਹਲਕਾ ਵਿਧਾਇਕ ਜੇ ਆਪੋਜੀਸ਼ਨ ਦਾ ਤਾਂ ਉਹਦੇ ਮੁਕਾਬਲੇ ਹਲਕਾ ਇੰਚਾਰਜ ਲਾਉਣ ਦੀ ਪਿੱਟ ਰਹੀ ਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਰਹੇ ਚਾਹੇ ਕਾਂਗਰਸ ਦੀ ਰਹੇ ਤੁਸੀਂ ਕਿਸ ਤਰ੍ਹਾਂ ਹਲਕਾ ਦਿੜਬਾ ਦੀ ਡਿਵੈਲਪਮੈਂਟ ਲਈ ਯਤਨਸ਼ੀਲ ਰਹੇ ਕਿਵੇਂ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਜਿਹੜੇ ਵਰਣਨਯੋਗ ਨੇ ਸਾਡੇ ਦਰਸ਼ਕਾਂ ਨੂੰ ਦੱਸਣ ਦੀ
देखो बिल्कुल कैप्टन साहब ने 2017 च कांग्रेस पार्टी के उस समय पंजाब के मुखी से कहा कि मेरी सरकार बनते मैं हल्का इंचार्ज की प्रथा की खत्म करूँगा, पर लेकिन अफसोस उन्होंने खत्म तक ही करनी सी बल्कि उस प्रथा होर बधाता और जोड़े भी हल्के के काम से हल्का इंचार्ज के राही कराने का यतन किया गया, पर लेकिन मैं बाखूबी अपना रोल लवाया गया, चाहे किसी पिंड का मामला हो, चाहे किसी सड़क का मामला हो, चाहे हॉस्पिटल का मामला हो, पंजाब की विधानसभा के अंदर भी पंजाब की विधानसभा के बाहर भी बाखूबी लोगों लैके जो है उठाया गया। सो बहुत सारे काम जोड़े है खास करके चाहे सड़कों के होन या मैं समझता पिंडा के ग्रांटा के होन या सारे काम मैं अपनी जिन्ना भी मेरी जी समर्था सी उसके मुताबिक करवाता रहा और पंजाब की विधानसभा के अंदर कल दिड़बे हल्के के मुद्दों की गल नहीं, पंजाब के मुद्दे चाहे वह ड्रग का इशू हो, गुरु ग्रंथ साहब की बेअदबी जिन्होंने लोगों ने की सी उन्होंने सज़ा दवाने की गल हो, यह मुद्दा बहुत बड़ा मुद्दा सगा, पंजाब में माफिया राज की गल हो, सारे मुद्दों के उत्ते पंजाब के एजुकेशन हैल्थ ये सारे मुद्दों के उत्ते मैं बतौर लीडर अपोजिशन अपना रोल लगा रहेगा और पंजाब के लोगों को जागरूक भी करता रहेगा और पूरे पंजाब के मेरी ड्यूटी लगी हुई थी, पूरे पंजाब के हरेक हल्के लोगों को लामबंद करना पार्टी के जोड़ना एक काम मेरे हिस्से है, मैं लगातार अपनी बाखूबी लगा रहा। चीमा साहब केड़ियां मुख क्योंकि देहाती हल्का दिलपाल टोटली देहाती हल्का कई तरह दीयां समस्यावां ने उत्थे एजुकेशन दा खास करके जे देखिए सेहत सेवावां दी बड़ी बड़ी वड्डी कमी दिसदी आ क्योंकि हल्के च विच रहे आ देखिया तुसीं की समझदे हो वी किहड़े मेन मंगा एजेंडे च होणगीआं जे आप दी सरकार आउंदी आ क्योंकि तुसीं अहम अहुदे ते हो अहम अहुदे ते दुबारा होण दी संभावना व्यक्त कीती जा रही है, किस तरह देखदे हो? बिल्कुल आम आदमी पार्टी का सब तो बड़ा एजेंडा है कि अच्छी एजुकेशन लोगों को देना अच्छिया सेहत सहूलत देनिया, साडे सुप्रीमो अरविंद केजरीवाल जी समय समय सर आके पंजाब के लोगों की अनाउंसमेंट करते हैं, पंजाब के गरंटियां देते हैं, सो बिल्कुल एजुकेशन साड़ी प्रायोरिटी है, हैल्थ साड़ी प्रायोरिटी है, बेसिक जो इंफ्रास्ट्रक्चर है वो साड़ी उन्होंने सुधारना साड़ी प्रायोरिटी है, नवी इंडस्ट्री लैके आनी वो साड़ी प्रायोरिटी है, रुजगार के साधन पैदा करना साड़ी प्रायोरिटी है और पंजाब में नशियां का खात्मा करना साड़ी प्रायोरिटी है, पंजाब जिहड़ा फैलिया है भ्रिष्टाचार को खत्म करना साड़ी प्रायोरिटी है, सो सारियां प्रायोरिटी जिहड़ी हैगी जो सरकार बनने तो बाद 100% कल्ला दिड़बे च नहीं पूरे पंजाब च लागू करांगे, दिड़बे नूं जिहड़ा हैगा पंजाब दे मत्थे दा चन्न बणावांगे। की लैके आओगे की तुहाडा एजेंडा की रहूगा एजुकेशन पक्षों देखिए जां हेल्थ पक्षों देखिए की मेन एजेंडा लैके चलोगे? देखो साडा मेन एजेंडा जिहड़ा हैगा बेसिकली एजुकेशन के खेत्र के वड्डी पद्धर ते सुधार करना, हेल्थ के सैक्टर के वड्डी पद्धर ते सुधार करना और दोनों चीज़ों लोगों को मुफ्त जिहड़ा हैगा देना, और 300 यूनिट असीं ऐलान किया हरेक घर नूं बिजली मुफ्त होगी और पंजाब विच मैं समझदा कि इस तरह का माहौल क्रिएट करांगे कि पंजाब विच इंडस्ट्री आवे, क्योंकि पंजाब दिड़बा खास करके जे दिड़बे की गल करिए तो उत्थे खेतीबाड़ी दे आधारित सनत वड्डी पद्धर ते काम करदी है, खेतीबाड़ी दे आधार ते बहुत सारी सनत लगी हुई है, उस सनत नूं होर प्रफुल्लित करांगे, उस सनत दे लई उत्थे मैं समझदा इंडस्ट्री लैके आउण दे लई इंडस्ट्री दा पैकेज इंडस्ट्रियल पार्क जिहड़े हैगे नूं बढ़ावांगे ताकि इस पेंडू खेतर दे विच इंडस्ट्री जिहड़ी है वधे और साडे बच्चिआं नूं उत्थे रुजगार मिले। चिमा साहब एक हिंदी का गीत कस्बे वादे सब बातें हैं भी सियासतदान वादे कर जाते हैं मुड़ के निभाए जाते नहीं ना निभाते ने एक उही मंगा उही गल्लां फिर रहिंदियां ने, तुहाडा इस संबंधी की प्रतिक्रिया? देखो आम आदमी पार्टी देश की इकलौती नवी पार्टी आ जिहदा जन्म 8-10 साल पहला होया सीगा और दिल्ली विच तीजी बार असीं सरकार चला रहे हैं और जिहड़े असीं वादे करदे आ पूरे करदे आ और दिल्ली च असीं 2015 दे विच जिहड़े वादे कीते सी ओह 2020 तक पूरे कीते और लोगों नूं कोई चैलेंज कीता लोगों नूं चैलेंज कीता कि जेकर असीं काम कीते ने जेकर असीं अपने वादे ते 100% पूरे उतरे आ 99 नहीं 100% वादे ते पूरे उतरे आ तां तुहानूं वोट पायो नहीं वोट ना पायो, ये कौन कह सकदा? कल्ली आम आदमी पार्टी कह सकदी आ। अकाली दल दे हिस्से की आएगा, कांग्रेस दे हिस्से की आएगा? अकाली दल पंथ तों वोटां लै के पंथ दी पिट दे विच छुरा मारदा 1986 दे विच 2015 दे विच दो समें अकाली दल की सरकार रही है और दोनों बार गुरु ग्रंथ साहब की बेदबी होंगी है, पहला 4 नौजवान मारे जाते हैं फिर 2 नौजवान मारे जाते हैं, कोई इंसाफ नहीं मिले पंजाब से, और उस तो बाद किसानी बिल आते हैं देश में काले कानून आते हैं गे किसान की मौत के वरंट आते हैं गे फांसी का फंदा आते हैं गे की होया उस अकाली दल ने सब तो मोहरी भूमिका निभाई, बीबा हरसिमरत कौर बादल जी सुखबीर सिंह बादल जी प्रकाश सिंह बादल जी की कहते हैं कि ये ना किसान बड़ा फायदा होना गा वह लोगों ने गल चूठा देता फिर जाके ठीक होए ने गे, सो अज अकाली दल का नुमाइंदा इलैक्शन शुरू हो जाए दो अकाली दल का नुमाइंदे तो लोगों ने पिंडा च बढ़न नहीं देना, पूरे पंजाब के किसान को पता गा कि जेकर 750 तो उपर किसान शहीद होयागा तो वो पिछले जिते बीजेपी का बहुत बड़ा हाथ हैगा उत्थे अकाली दल का भी वड्डा हाथ रहा। चिमा साहब गल की अकाली दल की तुम भी अकाली दल का हाशर माड़ा होगा, भाजपा भी एक नवे गठजोड़ के रूप सामने आ रही है, कैप्टन अमरिंदर सिंह की सपोर्ट दसी जा रही है,
ਕਿੰਜ ਲੱਗਦਾ ਵੀ ਇਹ ਪੰਜਾਬ ਦੇ ਸਿਨੇਰੀਓ ਦੇ ਰਾਜਨੀਤਿਕ ਸਿਨੇਰੀਓ ਦੇ ਕਿੰਨਾ ਖਰਾਬ ਹੋ? ਦੇਖੋ ਭਾਜਪਾ ਬਹੁਤ ਸਾਰੇ ਲੋਕਾਂ ਨਾਲ ਲੈ ਕੇ ਇਲੈਕਸ਼ਨ ਲੜਨ ਦਾ ਯਤਨ ਕਰ ਰਹੀ ਹੈ, ਪਰ ਭਾਜਪਾ ਦੇ 117 ਦੇ 17 ਉਮੀਦਵਾਰਾਂ ਦੀ ਜ਼ਮਾਨਤ ਜਿਹੜੀ ਆ ਪੰਜਾਬ ਦੇ ਲੋਕ ਜ਼ਬਤ ਕਰਾਉਣਗੇ। ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਜਾਣੂਗਾ, ਪੰਜਾਬ ਦਾ ਬੱਚਾ ਬੱਚਾ ਜਾਣੂਗਾ, ਪੰਜਾਬ ਦੇ ਛੋਟੇ ਛੋਟੇ ਬੱਚਿਆਂ ਨੂੰ ਪੁੱਛ ਲਓ, ਉਹ ਮੋਦੀ ਸਾਹਿਬ ਦੇ ਖਿਲਾਫ਼ ਕਮੈਂਟ ਕਰਦੇ ਨੇ, ਕੋਈ ਬੀਜੇਪੀ ਦੇ ਖਿਲਾਫ਼ ਕਮੈਂਟ ਕਰਦੇ ਨੇ। ਜਿਹੜਾ ਵੀ ਬੀਜੇਪੀ ਨਾਲ ਜਾਊਗਾ ਜਾਂ ਬੀਜੇਪੀ ਨਾਲ ਸਮਝੌਤਾ ਕਰੂਗਾ ਉਹਦਾ ਹਸ਼ਰ ਤੁਸੀਂ ਦੇਖ ਲਿਓ, ਤੁਹਾਨੂੰ 222 ਦਿਖਾਈ ਦੇਊਗਾ। ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਗੂਤੇ ਮੂੰਹ ਮਾਰਨਾ ਗਾ, ਉਹਨਾਂ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ। ਚੀਮਾ ਸਾਹਿਬ, ਦੇਖਿਆ ਜਾਵੇ ਇਲੈਕਸ਼ਨ ਚਾਹੇ ਪੰਚਾਇਤੀ ਹੋਵੇ, ਚਾਹੇ ਵਿਧਾਨ ਸਭਾ ਹੋਵੇ, ਚਾਹੇ ਲੋਕ ਸਭਾ ਹੋਵੇ, ਅਕਸਰ ਦੇਖਿਆ ਜਾਂਦਾ ਵੀ ਜਿਹੜਾ ਰੁਝਾਨ ਰਹਿੰਦਾ ਖਾਸ ਕਰਕੇ ਮਾਲਵਾ ਖੇਤਰ ਦੇ ਵਿੱਚ ਸ਼ਰਾਬ ਭੁੱਕੀ ਨਸ਼ਿਆਂ ਪ੍ਰਤੀ ਜ਼ਿਆਦਾ ਰਹਿੰਦਾ। ਤੁਸੀਂ ਦ੍ਰਿੜਤਾ ਵਿਧਾਨ ਸਭਾ ਹਲਕੇ ਤੋਂ ਚੋਣ ਦੁਬਾਰਾ ਕਿਸਮਤ ਅਜਵਾਈ ਕਰ ਰਹੇ ਹੋ, ਕਿਸ ਤਰ੍ਹਾਂ ਆਪਦੇ ਹਲਕੇ ਦੇ ਲੋਕਾਂ ਨੂੰ ਸੰਦੇਸ਼ ਦਿਓਗੇ ਜਾਂ ਪੰਜਾਬ ਦੇ ਹੋਰਨਾਂ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਨਸ਼ਿਆਂ ਸਬੰਧੀ? ਦੇਖੋ 2017 ਦੀ ਪਹਿਲੀ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚ ਲੜੀ ਸੀ, ਕਿਸੇ ਨੂੰ ਨਾ ਕੋਈ ਦਾਰੂ, ਨਾ ਕੋਈ ਭੁੱਕੀ, ਨਾ ਕੋਈ ਪੈਸਾ, ਕਿਸੇ ਕਿਸਮ ਦੇ ਕੋਈ ਵੀ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਵੱਲੋਂ, ਕਿਸੇ ਵੀ ਜਿਹੜਾ ਹੈਗਾ ਵਲੰਟੀਅਰ ਵੱਲੋਂ ਨਹੀਂ ਵੰਡੀ ਗਈ। ਔਰ ਮੈਂ ਸਮਝਦਾ ਇਹ ਬਿਲਕੁਲ ਨਸ਼ੇ ਬਿਲਕੁਲ ਬਾਹਰ ਹੋਣੇ ਚਾਹੀਦੇ, ਨਸ਼ਿਆਂ ਤੋਂ ਬਗੈਰ ਇਲੈਕਸ਼ਨ ਹੋਣੀ ਚਾਹੀਦੀ ਆ, ਆਪਦੇ ਮੁੱਦਿਆਂ ਦੇ ਆਧਾਰ 'ਤੇ, ਆਪਦੇ ਕੰਮਾਂ ਦੇ ਆਧਾਰ 'ਤੇ, ਆਪਦੇ ਮੁੱਦਿਆਂ ਦੇ ਆਧਾਰ 'ਤੇ ਇਲੈਕਸ਼ਨ ਹੋਣੀ ਚਾਹੀਦੀ ਆ, ਔਰ ਨਸ਼ੇ ਦੀ ਬਿਲਕੁਲ ਵਰਤੋਂ ਨਹੀਂ ਹੋਣੀ ਚਾਹੀਦੀ। ਮੇਰੀ ਤਾਂ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਆ ਕਿ ਜਿਹੜਾ ਵੀ ਕੋਈ ਨਸ਼ਾ ਬੰਨਣ ਆਉਂਦਾ ਗਾ ਉਹਦਾ ਘਰਾਓ ਕਰੋ, ਉਹਦਾ ਵਾਈਕਾਟ ਕਰੋ, ਉਹਨੂੰ ਸਭ ਕੁਛ ਸਿਖਾਓ। ਨਸ਼ਿਆਂ ਦੇ ਸੌਦਾਗਰ ਜਿਹੜੇ ਦੇ ਤੁਹਾਡੇ 'ਚ ਨਸ਼ੇ ਬਣ ਕੇ, ਫਿਰ ਉਹਨਾਂ ਜਿਹੜੇ ਜਿੰਨਾ ਪੈਸੇ ਤੁਹਾਡੇ 'ਚੋਂ ਨਸ਼ੇ ਬਣਨਗੇ ਉਹੀ ਪੈਸੇ ਤੁਹਾਡੇ ਜਿਹੜੇ ਕੰਮ ਆਉਣੇ ਨੇਗੇ, ਜਿਹੜਾ ਮੈਂ ਸਮਝਦਾ ਤੁਹਾਨੂੰ ਕੰਮ ਮਿਲਣਾ ਹੈਗਾ ਉਸੇ 'ਚੋਂ ਖਾਣਗੇ, ਖਾ ਕੇ ਤੁਹਾਡੇ 'ਤੇ ਲਾਉਣਗੇ। ਸੋ ਇਸ ਤਰ੍ਹਾਂ ਦੇ ਬੰਦਿਆਂ ਦਾ ਟੋਟਲ ਵਾਈਕਾਟ ਕੀਤਾ ਜਾਵੇ। ਇਹ ਸਨ ਸਰਦਾਰ ਹਰਪਾਲ ਸਿੰਘ ਚੀਮਾ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਨੇ। ਉਹਨਾਂ ਨੇ ਵੱਖ ਵੱਖ ਮੁੱਦਿਆਂ ਨੂੰ ਛੋਹਿਆ, ਉਹਨਾਂ ਨੇ ਅਕਾਲੀ ਦਲ, ਭਾਜਪਾ, ਕਾਂਗਰਸ ਤਿੰਨਾਂ ਪਾਰਟੀਆਂ ਨੂੰ ਕਰੜੇ ਹੱਥੀ ਲਿਆ ਅਤੇ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਸਾਰਿਆਂ ਨਾਲੋਂ ਸਾਫ਼ ਅਤੇ ਸਵੱਛ ਪਾਰਟੀ ਵਜੋਂ ਉਹਨਾਂ ਨੇ ਦਰਸਾਇਆ। ਉਹਨਾਂ ਨੇ ਕਿਹਾ ਵੀ ਆਪ ਨੇ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਜੋ ਵੀ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਨਸ਼ੇ ਦੇ ਸੌਦਾਗਰਾਂ ਦਾ ਵਿਧਾਨ ਸਭਾ ਚੋਣਾਂ ਵਿੱਚ ਟੋਟਲੀ ਬਾਈਕਾਟ ਕਰੋ, ਇਹਨਾਂ ਨੂੰ ਬਾਹਰ ਕਰੋ। ਕੈਮਰਾਮੈਨ ਦਰਸ਼ਨ ਬਾਧਵਾ ਨਾਲ ਸੰਗਰੂਰ ਤੋਂ ਅਮਨਦੀਪ ਸਿੰਘ ਬਿੱਟਾ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ, ਐਸੀ ਖੁੱਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਅਤੇ ਪੋਸਟ ਮੈਟ੍ਰਿਕ ਐਸਸੀ ਵਜ਼ੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਹਾਂ, ਆ ਦਿੱਤਾ ਮੈਨੂੰ ਇਸ ਸਰਕਾਰ ਨੇ, ਹੁਣ ਨਹੀਂ। ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ ਐਤਕੀ ਸਬਕ ਸਿਖਾਉਣਾ ਹੈ, ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।